ਮਿੱਤਰ ਨੇ ਮਾਨ ਸਾਹਿਬ ਦਾ ਕੇਸ ਲੜਿਆ ਸੀ ਉਹ ਸੰਤ ਬਾਬਾ ਜਰਨੈਲ ਸਿੰਘ ਕੋਲ ਗਏ ਆਪਣੇ ਆਪ ਬੜੀ ਤਿਆਰੀ ਕਰਕੇ ਗਏ ਤੇ ਕਹਿੰਦੇ ਨੇ ਸੰਤ ਬਾਬਾ ਜਰਨੈਲ ਸਿੰਘ ਬੜਾ ਹਾਜ਼ਰ ਜਵਾਬ ਹੈ ਤੇ ਮੈਂ ਲਾਜਵਾਬ ਕਰ ਦੇਵਾਂਗਾ ਜਾ ਕੇ ਕਹਿਣ ਲੱਗਾ ਤੁਸੀਂ ਸੰਤ ਹੋ ਸੰਤ ਬਾਬਾ ਜਰਨੈਲ ਸਿੰਘ ਆਖਿਆ ਨਹੀਂ ਮੈਂ ਤਾਂ ਨਹੀਂ ਕਹਿੰਦਾ ਮੈਂ ਸੰਤ ਹਾਂ ਲੋਕ ਆਪ ਸਭੀ ਆਪਣੇ ਕੋ ਤੁਮਕੋ ਸੰਤ ਕਹਤੇ ਹੈ ਤੇ ਸੰਤ ਬਾਬਾ ਜਰਨੈਲ ਸਿੰਘ ਨੇ ਆਖਿਆ ਇਹ ਲੋਕਾਂ ਨੂੰ ਪੁੱਛੋ ਫਿਰ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਪੁੱਛੋ ਇਹਦਾ ਜਵਾਬ ਮੈਂ ਨਹੀਂ ਦੇ ਸਕਦਾ ਮੈਂ ਕਹਿੰਦਾ ਮੈਂ ਸੰਤ ਨਹੀਂ ਤੇ ਦੂਸਰੀ ਗੱਲ ਉਹਨੇ ਕੀਤੀ ਵੀ ਆ ਜੇ ਤੁਸੀਂ ਹਥਿਆਰ ਰੱਖੇ ਨੇ ਇਹਨਾਂ ਨਾਲ ਅਸ਼ਾਂਤੀ ਫੈਲਦੀ ਹੈ ਇਹ ਨਹੀਂ ਰੱਖਣੇ ਚਾਹੀਦੇ ਸੰਤ ਬਾਬਾ ਜਰਨੈਲ ਸਿੰਘ ਨੇ ਆਖਿਆ ਸੀ ਉਹ ਸੂਰਬੀਰ ਮਹਾਬਲੀ ਸਤਿਗੁਰ ਦੇ ਪੁੱਤਰ ਹਾਂ ਜਿਨ੍ਹਾਂ ਨੇ ਹਥਿਆਰ ਰੱਖੇ ਸਾਡਾ ਇਖਲਾਕੀ ਫਰਜ਼ ਤੇ ਹੱਕ ਹੈ ਅਸੀਂ ਸ਼ਸਤਰਧਾਰੀ ਸੂਰਮੇ ਗੁਰੂ ਦੇ ਪੁੱਤਰ ਹਾਂ ਅਸੀਂ ਹਥਿਆਰ ਰੱਖਦੇ ਹਾਂ ਸ਼ਾਂਤੀ ਵਾਸਤੇ ਅਸ਼ਾਂਤੀ ਵਾਸਤੇ ਨਹੀਂ ਕਹਿਣ ਲੱਗਾ ਨਾ 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 ਇਹ ਵੀ ਗੱਲ ਹੋ ਸਕਦੀ ਹੈ ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਹੈ ਸ਼ਾਂਤੀ ਨਹੀਂ ਆਉਂਦੀ ਸੰਤ ਬਾਬਾ ਜਰਨੈਲ ਸਿੰਘ ਆਖਿਆ ਜਰਾ ਇੱਕ ਸੋਚ ਲੈ ਭਈ ਜੋ ਕੋਈ ਤੂੰ ਕਹਿ ਰਿਹਾ ਹੈ ਉਹ ਠੀਕ ਕਹਿ ਰਿਹਾ ਕਹਿਣ ਲੱਗਾ ਬਿਲਕੁਲ ਮੈਂ ਠੀਕ ਕਹਿ ਰਿਹਾ ਹਾਂ ਇਹਨਾਂ ਦੇ ਨਾਲ ਅਸ਼ਾਂਤੀ ਫੈਲਦੀ ਹੈ ਸ਼ਾਂਤੀ ਨਹੀਂ ਫਿਰ ਸੰਤ ਬਾਬਾ ਜਰਨੈਲ ਸਿੰਘ ਨੇ ਆਖਿਆ ਜਿਹੜੀਆਂ ਐਡੀਆਂ ਐਡੀਆਂ ਵੱਡੀਆਂ ਤੋਪਾਂ ਚੀਨ ਵਾਲੇ ਪਾਸੇ ਕਰਕੇ ਪਾਕਿਸਤਾਨ ਵਾਲੇ ਪਾਸੇ ਕਰਕੇ ਬੀੜੀਆਂ ਨੇ ਉਹਨਾਂ ਲੈ ਲਓ ਘਰਾਂ ਨੂੰ ਸ਼ਾਂਤੀ ਹੋ ਜਾਵੇ ਅਸ਼ਾਂਤੀ ਹੋ ਜਾਵੇ ਸ਼ਾਂਤੀ ਹੋ ਜਾਵੇ ਅਸ਼ਾਂਤੀ ਹਥਿਆਰਾਂ ਨਾਲ ਨਹੀਂ ਹਥਿਆਰ ਨਾਲ ਸ਼ਾਂਤੀ ਹੋ ਇਹ ਆਪਣੀ ਰੱਖਿਆ ਵਾਸਤੇ ਆਪਣੇ ਹਵਾਇਤ ਵਾਸਤੇ ਹੈ ਇਹ ਸੰਤ ਬਾਬਾ ਜਰਨੈਲ ਸਿੰਘ ਨੇ ਵਾਰਨਿੰਗ ਦਿੱਤੀ